ਕਾਰੋਬਾਰਾਂ ਦੇ ਵਿੱਚ ਆਪਣੀ ਨਿਗਾਹ ਬਾਣੀ ਨਜ਼ਰ ਰੱਖਣੀ। ਸਤਿਗੁਰੂ ਜੀਓ, ਆਪ ਜੀ ਦੀ ਪਹਾੜੀ ਅੰਦਰ ਚਾਰ ਪਹਿਰ ਦਿਨ ਸੁੱਖਾਂ ਨਾਲ ਬਤੀਤ ਹੋਇਆ। ਚਾਰ ਪਹਿਰ ਰਹਿਣ ਆਏ ਆਪ ਜੀ ਦੀ ਪਹਾੜੀ ਅਤੇ ਯਾਦ ਦੇ ਅੰਦਰ ਬਤੀਤ ਕਰਾਉਣੀ। ਸਤਿਗੁਰੂ ਜੀਓ, ਸੰਗਤਾਂ ਹਾਜ਼ਰ ਹਨ ਆਪ ਜੀ ਦੇ ਪਾਵਨ ਸਰੂਪ ਪ੍ਰਕਾਸ਼ ਤੋਂ ਸੁਖ ਆਸਨ ਸਥਾਨ ਨੂੰ ਲਿਜਾਣ ਦੀ ਆਗਿਆ ਬਖਸ਼, ਰਸਤੇ ਦੀ ਰਵਾਨਗੀ ਬਖਸ਼, ਰਸਤੇ ਦੇ ਵਿੱਚ ਆਨੰਦ ਸੰਤ ਸਹਾਈ ਹੋਣਾ। ਇਸੇ ਤਰ੍ਹਾਂ ਅੰਮ੍ਰਿਤ ਵੇਲੇ ਫਿਰ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ ਕਰਕੇ ਨਿਹਾਲ ਕਰਨਾ, ਅੰਮ੍ਰਿਤ ਵੇਲੇ ਦਾ ਜਾਗਣਾ, ਨਿਤਨੇਮ ਦੀਆਂ ਦਾਤਾਂ ਬਾਣੀ ਬਾਣੀ ਦੀ ਭਾਰਤੀ ਬਣਾਉਣਾ। ਜੇ ਪਿਆਰੇ ਵੇਲ ਜਿਨ੍ਹਾਂ ਦੇ ਮੇਰਾ ਨਾਮ ਜਿੱਤਿਆ ਹੈ,